ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਅੱਜ ਫਿਰ ਤੋਂ ਆ ਚੁੱਕੀ ਹਾਂ ਓਮ ਗਲੋਬਲ ਜਲੰਧਰ। ਸੋ ਇਹਨੇ ਦੀ ਕੀ ਸੰਧੂ, ਜਿਹਨਾਂ ਨੂੰ ਤੁਸੀਂ ਓਮ ਗਲੋਬਲ ਦੇ ਪੇਜ 'ਤੇ ਕਾਫੀ ਜ਼ਿਆਦਾ ਦੇਖਿਆ ਹੋਊਗਾ। ਸੋ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਇੱਕ ਸਾਈਡ 'ਤੇ ਲੋਕ ਕਹਿੰਦੇ ਪਏ ਆ ਕਿ ਕੈਨੇਡਾ 'ਚ ਕੰਮ ਨਹੀਂ ਹੈਗਾ, ਦੂਸਰੀ ਸਾਈਡ 'ਤੇ ਤੁਸੀਂ ਕੈਨੇਡਾ ਭੇਜ ਬਹੁਤ ਰਹੇ ਹੋ ਲੋਕਾਂ ਨੂੰ, ਤਾਂ ਪਲੀਜ਼ ਉਹਦੇ ਬਾਰੇ ਦੱਸੋ। ਸੋ ਦੇਖੋ, 2-4 ਵੀਡੀਓਜ਼ ਦੇ ਉੱਪਰ ਅਗਰ ਤੁਸੀਂ ਗੱਲ ਕਰਦੇ ਹੋ, ਸੋਸ਼ਲ ਮੀਡੀਆ ਦਾ ਜ਼ਮਾਨਾ, 2-4 ਬੰਦਿਆਂ ਨੇ ਵੀਡੀਓਜ਼ ਪਾ ਲਈਆਂ, ਕੰਮ ਨਹੀਂ ਹੈਗਾ। ਸੋ ਬਿਲਕੁਲ ਫ੍ਰੀ ਬੰਦੇ ਨੇ ਜਿਹੜੇ ਬੰਦੇ ਕੰਮ ਕਰ ਰਹੇ ਆ, ਉਹਨਾਂ ਨੂੰ ਕੋਲ ਟਾਈਮ ਨਹੀਂ ਹੈਗਾ ਇਹ ਵੀਡੀਓਜ਼ ਪਾਉਣ ਦਾ। ਦੂਸਰੇ ਪਾਸੇ ਅਗਰ ਦੇਖਿਆ ਜਾਵੇ ਕੰਮ ਦੀ ਗੱਲ ਕਰਦੇ ਹਾਂ, ਜਿਹੜਾ ਬੰਦਾ ਬਿਲਕੁਲ ਫਰੈਸ਼ਰ ਹੈ, ਮੈਂ ਇੱਕ ਐਗਜ਼ਾਮਪਲ ਦਿੰਦਾ, ਇੱਕ ਛੋਟਾ ਸਟੂਡੈਂਟ ਮੈਂ ਭੇਜਿਆ, 12th ਪਾਸ ਆਊਟ ਸੀਗਾ, ਉਸ ਤੋਂ ਬਾਅਦ ਉਹਨੇ ਬੇਕਰੀ ਦੇ ਵਿੱਚ ਕੰਮ ਕੀਤਾ, ਉੱਥੇ ਜਾਂਦੇ ਕੈਨੇਡਾ ਦੇ ਵਿੱਚ ਉਹਨੂੰ ਕੰਮ ਮਿਲ ਗਿਆ, 2.5 ਲੱਖ ਰੁਪਏ ਮਹੀਨੇ ਦੀ ਉਹਦੀ ਅਰਨਿੰਗ ਹੈ। ਦੂਸਰੇ ਪਾਸੋਂ ਐਸਾ ਸਟੂਡੈਂਟ ਜਿਹਨੇ ਕਦੀ ਕੰਮ ਹੀ ਕਰਕੇ ਨਹੀਂ ਦੇਖਿਆ, ਜਿਹੜਾ ਚਾਹੁੰਦਾ ਕਿ ਮਾਂ ਪਿਓ ਬੈੱਡ 'ਤੇ ਟੀ ਫੜਾਉਂਦਾ ਸੀ, ਬੈੱਡ 'ਤੇ ਰੋਟੀ ਫੜਾਉਂਦਾ ਸੀ, ਉਹੀ ਉਹਨੂੰ ਬੈੱਡ 'ਤੇ ਫੜਾਏ, ਫਿਰ ਬੱਚਾ ਕਹਿੰਦਾ ਕਿ ਮੈਨੂੰ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਜੀ ਕਰਦਾ। ਸੋ ਇੱਕ ਨਵੀਂ ਜਰਨੀ ਸਟਾਰਟ ਹੋ ਜਾਂਦੀ, ਜਿੱਥੇ ਬੱਚੇ ਨੂੰ ਇਕੱਲੇ ਹੀ ਸਰਵਾਈਵ ਕਰਨਾ ਪੈਂਦਾ, ਇਕੱਲੇ ਹੀ ਕੰਮ ਕਰਨਾ ਪੈਂਦਾ। ਜੇ ਤੁਸੀਂ ਸਕਿੱਲਡ ਹੋ, ਤੁਹਾਨੂੰ ਕੋਈ ਨਾ ਕੋਈ ਕੰਮ ਆਉਂਦਾ, ਜਾਂ ਤੁਹਾਨੂੰ ਕੰਮ ਕਰਨ ਦੀ ਚਾਹ ਹੈਗੀ ਹੈ, ਕੰਮ ਕਰਨਾ ਚਾਹੁੰਦੇ ਹੋ, ਮਿਹਨਤ ਕਰਨਾ ਚਾਹੁੰਦੇ ਹੋ, ਕੈਨੇਡਾ 'ਚ ਬਹੁਤ ਜ਼ਿਆਦਾ ਕੰਮ ਹੈ, ਇਸ ਕਰਕੇ ਲੋਕ ਕੈਨੇਡਾ ਜਾਂਦੇ, ਇਸ ਕਰਕੇ ਅਸੀਂ ਕੈਨੇਡਾ ਭੇਜ ਦਿੰਦੇ। ਬਟ ਕਈ ਲੋਕ ਇੱਦਾਂ ਦੇ ਵੀ ਹੈਗੇ ਆ ਜਿਹੜੇ ਮਤਲਬ ਸਕਿੱਲਸ ਵੀ ਹੈ, ਹਰ ਇੱਕ ਚੀਜ਼ ਉਹਨਾਂ ਕੋਲ ਹੈਗੀ ਹੈ, ਬਟ ਸਟਿਲ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਕੈਨੇਡਾ ਦੇ ਵਿੱਚ। ਦੇਖੋ, ਤਾੜੀ ਕਹਿੰਦੇ ਇੱਕ ਹੱਥ ਨਹੀਂ 2 ਹੱਥ ਨਾ ਵੱਜਦੀ ਹੈ। ਸੋ ਬੜੇ ਲੋਕ ਐਸੇ ਨੇ ਜਿਨ੍ਹਾਂ ਨੂੰ ਜੌਬਸ ਪਸੰਦ ਨਹੀਂ ਆਉਂਦੀਆਂ। ਕਈ ਵਾਰੀ ਕੀ ਹੁੰਦਾ, ਹੁਣ ਅੱਜ ਕਿਸੇ ਇੰਪਲੋਇਰ ਨੂੰ ਕੰਮ ਲਈ ਬੰਦਾ ਚਾਹੀਦਾ ਜੋ ਕਿ 1 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਚਾਹੀਦਾ। ਤੁਸੀਂ ਕਹਿੰਦੇ ਹੋ ਕਿ 2 ਵਜੇ ਮੇਰੀ ਕਲਾਸ ਓਵਰ ਹੋਣੀ ਹੈ, 2 ਤੋਂ 3 ਵਜੇ ਤੱਕ ਮੈਂ ਟਰੈਵਲ ਕਰਕੇ ਪਹੁੰਚੂਗਾ, 1 ਘੰਟਾ ਕੰਮ ਮਿਲੂਗਾ, ਉਹ ਨਹੀਂ ਮਿਲਣਾ। ਸੋ ਸੂਟੇਬਲ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਹਾਨੂੰ ਲੱਭਣਾ ਹੀ ਪੈਂਦਾ, ਅਕੋਰਡਿੰਗਲੀ ਤੁਹਾਨੂੰ ਫਾਈਂਡ ਕਰਨਾ ਪੈਂਦਾ, ਜੀ ਹਜ਼ੂਰੀ ਵੀ ਕਿਤੇ ਨਾ ਕਿਤੇ ਕਰਨੀ ਪੈਂਦੀ ਹੈ। ਅਤੇ ਜਦੋਂ ਤੁਸੀਂ ਕੰਮ ਕਰਨ ਜਾਂਦੇ ਹੋ, ਉਹ ਕਹਿੰਦੇ ਨਾ ਕਿ ਨੌਕਰ ਕੀ ਦਾ ਨਖਰਾ ਕੀ, ਪਰ ਜਿੱਦਾਂ ਦੀ ਜੌਬ ਮਿਲਦੀ ਕਰਨੀਆਂ ਹੀ ਪੈਂਦੀਆਂ। ਸੋ ਇੱਕ ਚੀਜ਼ ਮੈਂ ਹੋਰ ਸੁਣੀ ਹੈ, 31 ਮਾਰਚ ਦੀ ਕੋਈ ਅਪਡੇਸ਼ਨ ਆਈ ਹੈ, ਉਹਦੇ ਬਾਰੇ ਵੀ ਪਲੀਜ਼ ਥੋੜਾ ਦੱਸ ਦਿਓ। ਸੋ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਵੇਟ ਕਰ ਰਹੇ ਟੈਸਟ ਸੈਸ਼ਨ ਲੈਟਰ ਦੀ, ਜੋ ਕਿ 31 ਮਾਰਚ ਤੋਂ ਬਾਅਦ ਕਾਲਜਸ ਨੇ ਡਿਕਲੇਅਰ ਕਰਨੀ ਹੈ। ਅੱਜ ਅਸੀਂ ਗੱਲ ਕਰਦੇ ਹਾਂ ਕਿ ਓਮ ਗਲੋਬਲ ਪੰਜਾਬ ਦੇ ਵਿੱਚ ਪਹਿਲੀ ਐਸੀ ਕੰਪਨੀ ਹੈ ਜਿਹੜੀ 100 ਟੈਸਟ ਸੈਸ਼ਨ ਲੈਟਰ ਲੈ ਕੇ ਆਈ ਹੈ। 1 ਦਿਨ ਦੇ ਵਿੱਚ ਤੁਹਾਨੂੰ ਟੈਸਟ ਸੈਸ਼ਨ ਲੈ ਕੇ ਤੁਹਾਡੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾਂਗੇ, ਤੇ 15 ਦਿਨਾਂ ਦੇ ਵਿੱਚ ਤੁਹਾਡੀ ਪ੍ਰੋਫਾਈਲ ਨੂੰ ਅਪਲਾਈ ਕਰਨ ਤੋਂ ਲੈ ਕੇ ਵੀਜ਼ਾ ਲੈ ਕੇ ਦਾਂਗੇ ਜੀ। ਸੋ ਆਈਡੀ ਨੰਬਰ ਈਚ ਐਂਡ ਐਵਰੀਥਿੰਗ ਮੈਂਸ਼ਨ ਆ, ਤੁਸੀਂ ਓਮ ਗਲੋਬਲ ਦੇ ਇਧਰ ਇਮੀਗ੍ਰੇਸ਼ਨ ਆਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਬਾਕੀ ਕੰਟੈਕਟ ਨੰਬਰ ਵੀ ਮੈਂਸ਼ਨ ਆ, ਤੁਸੀਂ DM ਵੀ ਕਰ ਸਕਦੇ ਹੋ ਪ੍ਰੋਫਾਈਲ ਦੇ ਵਿੱਚ। ਥੈਂਕ ਯੂ ਸੋ ਮਚ।